ਅਵਤਾਰ ਸਿੰਘ ਸਿੱਧੂ ਪੰਪ ਦਾ ਕੀ ਨਾਂ ਜੀ? ਨਿਆਰਾ ਫਿਲਿੰਗ ਸਟੇਸ਼ਨ, ਵੈਸੇ ਸਿੱਧੂ ਫਲੂਇਡਸ ਦੇ ਨਾਂ 'ਤੇ ਹੈ। ਕਿਹੜੀ ਜਗ੍ਹਾ ਸਥਿਤ ਹੈਗਾ ਜੀ? ਇਹ ਹਨੂੰਮਾਨ ਚੌਕ ਵੀ ਨਹੀਂ, ਤਿਬੜੀ ਰੋਡ ਕਹਿ ਲਓ। ਹਾਂ, ਤਿਬੜੀ ਰੋਡ। ਬਾਬਾ ਜੀ, ਜਿਵੇਂ ਪੈਟਰੋਲ ਪਿੱਛੋਂ ਸਪਲਾਈ ਬੰਦ ਹੋ ਗਈ ਆ, ਟਰੱਕ ਦੀ ਹੜਤਾਲ, ਕਿੰਨਾ ਜਿਹੜਾ ਫਰਕ ਪੈ ਰਿਹਾ ਵਾ ਤੁਹਾਨੂੰ ਵੀ ਅਤੇ ਲੋਕਾਂ ਨੂੰ? ਦੇਖੋ, ਇਹ ਇਹਨੂੰ ਸਮਝਣ ਲਈ ਨਾ ਥੋੜ੍ਹਾ ਜਿਹਾ ਸਾਨੂੰ ਪਿੱਛੇ ਜਾਣਾ ਪੈਣਾ ਹੈ। ਅੱਜ ਤੋਂ ਕੋਈ 5-6 ਦਿਨ ਪਹਿਲੇ ਇਹੋ ਜਿਹੇ ਇੰਡੀਕੇਸ਼ਨਸ ਆਉਣ ਲੱਗ ਪਈਆਂ ਸੀਗੀਆਂ ਸੈਂਟਰਲ ਮਿਨਿਸਟਰੀ ਵੱਲੋਂ ਵੀ ਅਸੀਂ ਤੇਲ ਨੂੰ ਸਸਤਾ ਕਰਨ ਜਾ ਰਹੇ ਹਾਂ 10 ਰੁਪਏ, ਨਵੇਂ ਸਾਲ ਦੇ ਉੱਤੇ ਅਸੀਂ ਤੋਹਫਾ ਦੇਣਾ ਲੋਕਾਂ ਨੂੰ। ਪੈਟਰੋਲ ਪੰਪ ਵਾਲਿਆਂ ਨੇ ਪੈਟਰੋਲ ਪੰਪ ਡੀਜ਼ਲ ਪੈਟਰੋਲ ਮੰਗਾਉਣਾ ਬੰਦ ਕਰ ਦਿੱਤਾ। 2 ਰੁਪਈਏ ਕਮਿਸ਼ਨ, 10 ਰੁਪਏ ਉਹ ਸਸਤਾ ਕਰ ਦੇਣਗੇ ਅਤੇ ਉਹ 5 ਗੱਡੀਆਂ ਵੇਚਣਗੇ ਅਤੇ 1 ਦੀ ਨੁਕਸਾਨ ਪੂਰਤੀ ਹੋਏਗੀ। ਉੱਧਰੋਂ ਜਿਹੜੀ ਇਹਨਾਂ ਨੇ ਨਵਾਂ ਰੂਲ ਬਣਾਏ ਨੇ ਟ੍ਰੈਫਿਕ ਦੇ, ਉਹਦੇ 'ਚ ਜਿਹੜੇ ਟੈਂਕਰ ਦੇ ਡਰਾਈਵਰ ਨੇ ਅਤੇ ਟਰੱਕ ਦੇ ਡਰਾਈਵਰ ਨੇ, ਇਹਨਾਂ ਲਈ ਸਜ਼ਾਵਾਂ ਬਹੁਤ ਸਖਤ ਕਰਤੀਆਂ ਨੇ। ਮਸਲਾਂ ਅਗਰ ਕੋਈ ਬੰਦਾ ਉਹਨਾਂ ਦੇ ਥੱਲੇ ਆ ਜਾਂਦਾ, ਮਰ ਜਾਂਦਾ ਹੈ, ਅਤੇ ਉਹਨਾਂ ਲਈ ਮੁਆਵਜ਼ਾ ਵੀ, ਆਪਣਾ ਜੁਰਮਾਨਾ ਵੀ ਸ਼ਾਇਦ 100,000 'ਚ ਹੈ, ਅਤੇ ਕੈਦ ਵੀ 10,000 ਲਗਾ। ਉਹ ਕਹਿੰਦੇ ਵੀ ਬੱਸ ਦੇ ਥੱਲੇ ਆ ਕੇ ਮਰ ਜਾਏ, ਕਿਸੇ ਟੈਕਸੀ ਥੱਲੇ ਆ ਕੇ ਮਰ ਜਾਏ, ਉਹਦੇ ਲਈ ਪੁਰਾਣਾ ਕਾਨੂੰਨ ਹੈ, ਸਾਡੇ ਲਈ ਨਵਾਂ, ਇਹ ਬਰਾਬਰ ਕਰੋ। ਅੱਛਾ, ਉਹਨਾਂ ਸਟ੍ਰਾਈਕ ਕਰ ਦਿੱਤੀ। ਉਹ 2 ਗੱਲਾਂ ਇਕੱਠੀਆਂ ਹੋ ਗਈਆਂ, ਇੱਕ ਤਾਂ ਲੋਕਾਂ ਨੇ ਸਪਲਾਈ ਘਟਾਤੀ ਸੀ ਪਹਿਲੇ, ਇਹ ਸੋਚ ਕੇ ਵੀ ਸ਼ਾਇਦ ਬੋਲ ਬਹੁਤ ਘੱਟ ਜਾਣ ਤਾਂ ਅਸੀਂ ਮਾਰ ਤੋਂ ਬਚ ਜਾਈਏ। ਦੂਸਰਾ, ਇਹ ਡਰਾਈਵਰਸ ਨੇ ਕਾਲ ਦੇ ਦਿੱਤੀ ਸਟ੍ਰਾਈਕ ਦੀ, ਹੁਣ ਅਜੇ ਕੱਲ੍ਹ ਤੱਕ ਤਾਂ ਉਹਨਾਂ ਦੀ ਕਾਲ 1-2-3 ਦਿਨ ਤੱਕ, ਅਤੇ ਇਹਨਾਂ 3 ਦਿਨਾਂ 'ਚ ਅਗਰ ਕੋਈ ਫੈਸਲਾ ਹੋ ਜਾਂਦਾ, ਅੱਜ ਹੋ ਜਾਵੇ, ਸ਼ਾਮ ਨੂੰ ਹੁਣ ਹੋ ਜਾਵੇ, ਕੱਲ੍ਹ ਤੱਕ ਹੋ ਜਾਵੇ, ਅਤੇ ਸਪਲਾਈ ਤਾਂ ਤੇਲ ਦੀ ਤਾਂ ਕੋਈ ਕਮੀ ਨਹੀਂ, ਆਇਲ ਕੰਪਨੀਆਂ ਕੋਲ ਭਰੀਆਂ ਪਈਆਂ ਨੇ।